ਹਾਂਜੀ ਅੱਜ ਦੀ ਵੀਡੀਓ ਹੈ ਇੱਕ ਹੈਅਰ ਸਟਾਈਲ ਨੂੰ ਲੈ ਕੇ ਮੈਂ ਇੱਕ ਹੈਅਰਸਟਾਈਲ ਟਰਾਈ ਕੀਤੀ ਸੀ ਫੇਕ ਕਰਟਨ ਬੈਂਕਸ ਬਣਾਉਣ ਵਾਲਾ ਜੋ ਕਿ ਬਹੁਤ ਵੱਡਾ ਫੇਲੀਅਰ ਰਿਹਾ ਹੈ ਹੈਅਰਸਟਾਈਲ ਮੈਥੋ ਐਕਚੁਅਲੀ ਜ ਬਣਿਆ ਹੀ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜਸਵੀਰ ਕੌਰ ਆ ਤੇ ਤੁਸੀਂ ਮੈਨੂੰ ਪਿਆਰ ਨਾਲ ਜਸਵੀ ਬੁਲਾ ਸਕਦੇ ਹੋ ਮੈਂ ਕੈਨੇਡਾ ਚ ਪਿਛਲੇ ਆਲਮੋਸਟ 6 ਸਾਲਾਂ ਤੋਂ ਰਹਿ ਰਹੀ ਹਾਂ ਤੇ ਅੱਜ ਕੱਲ੍ਹ ਇੱਕ ਗਵਰਨਮੈਂਟ ਜੌਬ ਵੀ ਕਰਦੀ ਹਾਂ ਓਕੇਸ਼ਨਲੀ ਮੈਂ ਵੀਡੀਓਜ਼ ਬਣਾ ਲੈਂਦੀ ਹਾਂ ਤੇ ਮਨ ਹੋਵੇ ਉਹਨਾਂ ਨੂੰ ਸੋਸ਼ਲ ਮੀਡੀਆ ਪੇਜਸ ਤੇ ਪਾ ਵੀ ਦਿੰਦੀ ਹਾਂ ਅੱਜ ਦੀ ਵੀਡੀਓ ਚ ਮੈਂ ਕੋਈ ਹੈਅਰਸਟਾਈਲ ਸਟੈਪ ਮੈਂਸ਼ਨ ਨਹੀਂ ਕਰਨੇ ਹੈਗੇ ਤੁਹਾਨੂੰ ਬਸ ਵ ਤਾਨੂੰ ਯਾਦ ਹੋਵੇਗਾ 6 ਮਹੀਨੇ ਪਹਿਲਾਂ ਇੱਕ ਫੇਕ ਗਾਰਟਨ ਮੈਂਗਸ ਬਣਾਉਣ ਵਾਲਾ ਹੇਅਰ ਸਟਾਈਲ ਕਾਫੀ ਫੇਮਸ ਹੋਇਆ ਸੀ ਬਹੁਤ ਟ੍ਰੈਂਡ ਚ ਚੱਲ ਰਹੀ ਸੀ ਉਹ ਵੀਡੀਓਜ਼ ਤੇ ਥੋੜੇ ਦਿਨ ਪਹਿਲਾਂ ਹੀ ਮੈਨੂੰ ਬੈਠੇ ਬੈਠੇ ਯਾਦ ਆਇਆ ਕਿ ਮੈਨੂੰ ਵੀ ਇਹ ਹੇਅਰ ਸਟਾਈਲ ਟਰਾਈ ਕਰਨਾ ਚਾਹੀਦਾ ਪਰ ਜਿਵੇਂ ਕਿ ਮੈਂ ਤੁਹਾਨੂੰ ਆਲਰੇਡੀ ਦੱਸ ਹੀ ਦਿੱਤਾ ਕਿ ਇਹ ਹੇਅਰ ਸਟਾਈਲ ਮੈਥੋਂ ਬਣਿਆ ਹੀ ਨਹੀਂ ਪਰ ਜੋ ਮੈਨੂੰ ਚਾਹੀਦਾ ਸੀ ਉਹ ਤਾਂ ਮੈਥੋਂ ਨਹੀਂ ਬਣਿਆ ਬਟ ਇੱਕ ਹੋਰ ਹੇਅਰ ਸਟਾਈਲ ਬਣ ਗਿਆ ਜੋ ਕਿ ਮੈਨੂੰ ਬਹੁਤ ਵਧੀਆ ਲੱਗਿਆ ਹਾਂਜੀ ਇਹ हेयर स्टाइल ਬਣਾਉਂਦੇ-ਬਣਾਉਂਦੇ ਆਪਾਂ ਕੋਈ ਇੱਕ ਦੋ ਗੱਲਾਂ ਵੀ ਕਰ ਲੈਣੇ ਆਂ ਆਪਣੀ ਲਾਸਟ ਵਾਲੀ ਵੀਡੀਓ 'ਚ ਮੈਂ ਤੁਹਾਨੂੰ ਪੁੱਛਿਆ ਸੀ ਵੀ ਤੁਸੀਂ ਨਿਊ ਹੈਬਿਟਸ ਨੂੰ ਇਸਟੈਬਲਿਸ਼ ਕਰਨ ਲਈ ਕੀ-ਕੀ ਕਰਦੇ ਹੋ ਨਵੀਆਂ ਹੈਬਿਟਸ ਕਿਵੇਂ ਬਣਾਉਣੀਆਂ ਪਰ ਕਿਸੇ ਇੱਕ ਵੀ ਜਾਣਨੇ ਕਮੈਂਟ ਕਰਕੇ ਮੈਨੂੰ ਨਹੀਂ ਦੱਸਿਆ ਕੀ ਗੱਲ ਤੁਸੀਂ ਨਿਊ ਹੈਬਿਟਸ ਬਣਾਉਣੀਆਂ ਛੱਡਤੀਆਂ ਜਾਂ ਥੋੜੇ ਤੋਂ ਜਾਣੇ-ਅਣਜਾਣੇ 'ਚ ਬਸ ਬਣ ਜਾਂਦੀਆਂ ਮੈਨੂੰ ਤਾਂ ਬਹੁਤ ਟਾਈਮ ਹੋ ਗਿਆ ਇੱਕ ਬੁੱਕ ਪੜ੍ਹਦੀ ਨੂੰ ਆਮ ਸ਼ੋਰ ਤੁਸੀਂ ਸਭ ਨੇ ਉਸ ਬੁੱਕ ਨੂੰ ਸੁਣਿਆ ਹੋਣਾ ਉਸ ਬੁੱਕ ਨੇ ਮੇਰੀ ਬਹੁਤ ਹੈਲਪ ਕੀਤੀ ਹੈ ਨਵੀਆਂ ਤੇ ਚੰਗੀਆਂ ਹੈਬਿਟਸ ਬਣਾਉਣ ਲਈ ਉਸ ਬੁੱਕ ਦਾ ਨਾਮ ਹੈ ਐਟੋਮਿਕ ਹੈਬਿਟਸ ਮੈਂ ਤੁਹਾਨੂੰ ਸਭ ਨੂੰ ਜ਼ਰੂਰ ਰეკਮੈਂਡ ਕਰੂੰਗੀ ਕਿ ਤੁਸੀਂ ਉਹ ਬੁੱਕ ਨੂੰ ਇੱਕ ਵਾਰੀ ਤਾਂ ਜ਼ਰੂਰ ਪੜੋ ਓਕੇ ਜੀ ਬੈਕ ਟੂ ਹੈਅਰ ਸਟਾਈਲ ਖੁਸ਼ ਇਸ ਤਰੀਕੇ ਨਾਲ ਬਣਿਆ ਸੀ ਇਹ ਹੈਅਰ ਸਟਾਈਲ ਤੁਸੀਂ ਦੱਸੋ ਦਿਸ ਰਹੀਆਂ ਕਰਟਨ ਬੈਂਕਸ ਤੁਹਾਨੂੰ ਕਿਤੇ ਮੈਨੂੰ ਤਾਂ ਕਿਤੇ ਦੂਰ ਦੂਰ ਤੱਕ ਨਜ਼ਰ ਨਹੀਂ ਆ ਰਹੀਆਂ ਵੈਸੇ ਮੈਂ ਤੁਹਾਨੂੰ ਕਹਿ ਰਹੀ ਕੈਨੀ ਦਾ ਰਹਿਣੀ ਐ ਪਰ ਮੈਂ ਇੰਨੀ ਸੋਚ ਤਾਂ ਵੀ ਮੇਰੇ ਮਾਈਂਡ 'ਚ ਇੱਕ ਵਾਰੀ ਵੀ ਨਹੀਂ ਆਇਆ ਵੀ ਮੈਂ YouTube ਤੇ ਜਾ ਕੇ ਟਿਊਟੋਰੀਅਲ ਦੇਖ ਨਾ ਖੈਰ ਛੱਡੋ ਅਗਲੀ ਵਾਰੀ ਸਹੀ ਪਰ ਇਹ हेयर ਸਟਾਈਲ ਮੈਨੂੰ ਬਹੁਤ ਪਸੰਦ ਆਇਆ ਟੂ ਬੀ ਆਨੈਸਟ ਸੱਚੀ ਦੱਸਾਂ ਤਾਂ ਅਰਾਦੀਨ ਵਾਲੀ ਪ੍ਰਿੰਸੈਸ ਜਿਆਜ਼ਮਿਨ ਵਾਲੀਆਂ ਵਾਈਬਸ ਆ ਰਹੀਆਂ ਸੀ ਇਹ हेयर ਸਟਾਈਲ ਕਰਕੇ ਮੈਨੂੰ ਲੱਗ ਰਿਹਾ ਸੀ ਕਿ ਵਾਕਈ ਮੈਂ ਵੀ ਕੋਈ ਪ੍ਰਿੰਸੈਸ ਆ ਆਈ ਹੋਪ ਤੁਹਾਨੂੰ ਵੀ ਇਹ हेयर ਸਟਾਈਲ ਵਧੀਆ ਲੱਗਿਆ ਹੋਊਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ हेयर ਸਟਾਈਲ ਕਿੱਦਾਂ ਲੱਗਿਆ ਯੈਸ ਜਾਂ ਨੋ ਤਾਂ ਲੇਖ ਹੀ ਸਕਦੇ ਹੋ ਕਿ ਵਧੀਆ ਲੱਗਿਆ ਜਾਂ ਨਹੀਂ Okay, thanks for watching this video and I'll see you next time.